ਮੱਥਾ ਟੇਕੋ ਰਾਜੇ ਸਾਹਿਬ ਤੋਂ ਇੱਥੋਂ ਇੱਥੋਂ ਮੰਨਤ ਸੀਗੀ ਬਾਈ ਦੀ ਤੇ ਦੇਖ ਲਓ ਬਾਈ ਹੁਣਾਂ ਦੀ ਵੀ ਪੂਰੀ ਹੋ ਗਈ ਤੇ ਤੁਸੀਂ ਵੀ ਆਪ ਦੀ ਮੰਨਤ ਮੰਗੋ ਆ ਕੇ ਸਾਰੀ ਇੱਥੇ ਮਰਾਦਾ ਪੂਰੀਆਂ ਹੁੰਦੀਆਂ ਨੇ ਸਹੀ ਆ ਵੀਰੇ ਮੈਂ ਅੱਜ ਤੱਕ ਜੋ ਮੰਗਿਆ ਬਈ ਆਪਾਂ ਐਵੇਂ ਕਹੀਏ ਮਿਲਿਆ ਸਾਨੂੰ ਸਾਰਾ ਕੁਝ ਮਿਲਿਆ ਰੱਬ ਨੇ ਦਿੱਤਾ ਸੋਚਿਆ ਮੈਂ ਤਾਂ ਹੁਣ ਤੋਂ ਮਤਲਬ ਸੋਚਿਆ ਵੀ ਨਹੀਂ ਸੀ ਕਦੀ ਗੱਡੀ ਇੱਕਦਮ ਹੀ ਪਲਾਨ ਕਿੱਦਾਂ ਬਣ ਗਿਆ ਕਿੱਦਾਂ ਨਹੀਂ ਉਹ ਮਾਲਕ ਦਵਾਉਣ ਵਾਲਾ ਸਹੀ ਗੱਲ ਆ ਬਾਈ ਸੋ ਸਾਡੇ ਮਹਾਰਾਜ ਜੀ ਆ ਚੁੱਕੇ ਨੇ ਸਹੀ ਸੀ ਡਰਾਈਵਰ ਬਸ ਵਧੀਆ ਠੀਕ ਠਾਕ ਚੱਲੀਏ ਲੇਟ ਹੋ ਗਏ ਆਪਾਂ ਰਸਤਾ ਫੜ ਲਿਆ ਵਾ ਆਪਣੇ ਪਿੰਡ ਜਾਣ ਦਾ ਬਾਈ ਦਾ ਪਿੰਡ ਆ ਜਿਹੜਾ ਉੱਥੇ ਚੱਲੇ ਹਾਂ ਅਤੇ ਘਰਦਿਆਂ ਦਾ ਰਿਐਕਸ਼ਨ ਲੈਣ ਲਈ ਕਿੱਦਾਂ ਲੱਗ ਰਹੀ ਡਰਾਈਵ ਮਜ਼ਾ ਆ ਰਿਹਾ ਨਾ ਸਾਲਾ ਆਪਣੀ ਗੱਡੀ ਦੀ ਫਸਟ ਡਰਾਈਵ ਦਾ ਸਾਲਾ ਸਵਾਦ ਵੱਖਰਾ ਨਾ ਆਹ ਹਾਈਵੇ ਆਪਣਾ ਜਿਹੜਾ ਨਵਾਂ ਬਣਿਆ ਲੋਡੂ ਵਾਲਾ ਅਤੇ ਖੁੱਲਾ ਡੋਲਾ ਰੋਡ ਆ ਇੱਥੇ ਚਲਾਉਣ ਦਾ ਗੱਡੀ ਦਾ ਸਵਾਦ ਹੀ ਵੱਖਰਾ ਆ ਵਧੀਆ ਡਰਾਈਵ ਹੁੰਦੀ ਹੈ ਅਤੇ ਹੋਰ ਮਨਿੰਦਰ ਸੁਣਾ ਵਧੀਆ ਨਵਾਂ ਐਕਸਪੀਰੀਅੰਸ ਸ਼ੇਅਰ ਕਰਨ ਨਵੀਂ ਗੱਡੀ ਦਾ ਭਰਾਵਾ ਅਸੀਂ ਤਾਂ ਵੈਸੇ ਤਾਂ ਸਾਰੇ ਲੋਕ ਇੱਦਾਂ ਹੀ ਕਰ ਦਿੰਦੇ ਪਹਿਲਾਂ ਸਭ ਤੋਂ ਪਹਿਲਾਂ ਲੋਕ ਲੈਂਦੇ ਮਰੂਤੀ ਫਿਰ ਜੈਨ ਫਿਰ ਲੈਂਦੇ ਸਵਿਫਟ ਫਿਰ ਕਿਤੇ ਜਾ ਕੇ i20 ਲੈਂਦੇ ਆ ਸਿੱਧੀ ਛਾਲ ਹੈ ਵਰਨਾ 'ਤੇ ਚੜ੍ਹਾਈ ਹੈ ਫਸਟ ਗੱਡੀ ਹੈ ਬਾਈ ਦੀ ਵਰਨਾ ਲਈ ਹੈ ਰੱਬ ਨੇ ਵਧੀਆ ਕਿਰਪਾ ਕੀਤੀ ਹੈ ਅਤੇ ਕਿਉਂ ਥੋੜਾ ਕਦੇ ਛੇਤੀ ਆ ਜਾਂਦਾ ਕਦੇ ਲੇਟ ਆ ਜਾਂਦਾ ਪਰ ਆਉਂਦਾ ਬੱਚੇ ਪੂਰਾ ਵਧੀਆ ਸਹੀ ਗੱਲ ਹੈ ਬਾਕੀ ਇਹ ਤੋਂ ਬਸ ਆਪਾਂ ਹੋਰ ਮੇਰੇ ਖਿਆਲ ਨਾਲ 5 ਕਿਲੋਮੀਟਰ ਲੋਡੂਵਾਲ ਆਪਣੇ ਲੋਡੂਵਾਲ ਤੋਂ ਆਪਾਂ ਲੈਫਟ ਮੁੜ ਕੇ ਸਾਡਾ ਜੀ ਟੀ ਰੋਡ ਫੜ ਲੈਣਾ ਫਲੋਰ ਤੋਂ ਫਿਰ ਆਪਣਾ ਪਿੰਡ ਹੈਗਾ ਹੈਗਾ ਨਗਰ ਵਾਲ ਰੋਡ 'ਤੇ ਸੋ ਚੱਲੇ ਹਾਂ ਵਧੀਆ ਆਪਣੀ ਹੌਲੀ ਹੌਲੀ ਸਪੀਡ 'ਤੇ ਰਾਈਡ ਇੰਜੋਏ ਕਰ ਰਹੇ ਆਪਣੀ ਨਵੀਂ ਗੱਡੀ ਦੀ ਅਤੇ ਨਾਲ ਗੱਲਾਂ ਬਾਤਾਂ ਮਾਰ ਰਹੇ ਧੁੱਪ ਵੀ ਅੱਜ ਸੋਹਣੀ ਲੱਗੀ ਹੋਈ ਹੈ ਠੰਡ ਬਹੁਤ ਕੀਤੀ ਹੋਈ ਹੈ ਤੁਹਾਨੂੰ ਪਤਾ ਹੀ ਆ ਅਤੇ ਚਲੋ ਅੱਗੇ ਦੀ ਗੱਲਾਂ ਬਾਤਾਂ ਅੱਗੇ ਸੀਨ ਅੱਗੇ ਜਾ ਕੇ ਦਿਖਾਉਂਦੇ ਤੁਹਾਨੂੰ ਇੱਥੇ ਗਾਈਸ ਅਜੇ ਫੋਟੋ ਫੋਟੋ ਖਿੱਚ ਕੇ ਹਟੇ ਹਾਂ ਗੱਡੀ ਨਾਲ ਅਤੇ ਰੀਲ ਰੂਲ ਬਣਾ ਕੇ ਹਟੇ ਹਾਂ ਅਜੇ ਪਾਣੀ ਨਹੀਂ ਪਹਿਲਾਂ ਹਾਂ ਚਾਬੀ ਮੇਰੇ ਕੋਲ ਕਿੱਥੇ ਮੇਰੇ ਕੋਲ ਹਾਂ ਮੇਰੇ ਕੋਲ ਹਾਂ ਮੈਂ ਗੱਡੀ ਸੀ ਸੱਚ ਅੱਛਾ ਅੱਛਾ ਹਲੋ ਫੋਟੋ ਵਗੈਰਾ ਖਿੱਚ ਲਈ ਰੀਲ ਬਣਾ ਲਈ ਆ ਅਤੇ ਪਾਵਾਂਗੇ ਮੱਥਾ ਵਗੈਰਾ ਟੇਕ ਲਈ ਗੁਰਦੁਆਰਾ ਸਾਹਿਬ ਜਾ ਕੇ ਅਤੇ ਮੰਮੀ ਉਹਨਾਂ ਨੂੰ ਦਿਖਾ ਦੇਣਗੇ ਗੱਡੀ ਉਸ ਤੋਂ ਬਾਅਦ ਫਿਰ ਆਪਾਂ ਰੀਲ ਵਗੈਰਾ ਪੋਸਟ ਕਰਾਂਗੇ ਕੋਂਗਰੈਚੁਲੇਸ਼ਨਸ ਵਾਲੀ ਅਤੇ ਸਾਰੀ ਰੀਲਾਂ ਉਸ ਤੋਂ ਬਾਅਦ ਤੁਹਾਡਾ ਇੰਸਟਾਗ੍ਰਾਮ 'ਤੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਅਤੇ ਇੰਸਟਾਗ੍ਰਾਮ ਆਈਡੀ ਮੈਂ ਡਿਸਕ੍ਰਿਪਸ਼ਨ 'ਚ ਪਾ ਦੂੰਗਾ ਮੈਂ ਆਪਣੀ ਵੀ ਅਤੇ ਬਾਈ ਦੀ ਵੀ ਫੋਲੋ ਕਰ ਲਿਓ ਜਾ ਕੇ ਯਾਰ ਗਾਈਸ ਭਰਾ ਨੂੰ ਥੋੜ੍ਹਾ ਸਪੋਰਟ ਕਰੋ ਉਹਦੇ ਟੋਲ ਟੈਕਸ ਤੋਂ ਪਹਿਲਾਂ ਰੁੱਕ ਕੇ ਬਾਈ ਉਹਨਾਂ ਦੀ ਗੱਡੀ ਦਾ ਆਪਾਂ ਇੱਕ ਤਾਂ ਟੋਲ ਟੈਕਸ ਬਣਵਾ ਰਹੇ ਹਾਂ ਅਤੇ ਆਪਣੀ ਜਿਹੜੀ ਪੁਰਾਣੀ ਗੱਡੀ ਪੋਲੋ ਵੇਚੀ ਹੈ ਉਹਦਾ ਨਾ ਫਾਸਟੈਗ ਬੰਦ ਕਰਾਉਣਾ ਭੁੱਲ ਗਏ ਮੈਂ ਅਤੇ ਉਹ ਵੀ ਫਾਸਟੈਗ ਫੁਸਟੈਗ ਆਪਾਂ ਹੁਣ ਕਲੋਜ਼ ਕਰਾਉਂਦੇ ਪੁੱਛਦੇ ਹਾਂ ਬਾਈ ਕਹਿੰਦੇ ਚਾਰਜ ਚੂਰਜ ਲੱਗੂਗੇ ਅਤੇ ਦੇਖਦੇ ਹਾਂ ਜੇ ਹੁਣ ਬੰਦ ਕਰਾਉਂਦੇ ਨਹੀਂ ਤਾਂ ਨੌਲੇਜ ਲੈ ਕੇ ਦੁਬਾਰਾ ਕੇ ਬੰਦ ਕਰਾ ਜਾਵਾਂਗੇ ਬਾਕੀ ਹਜੇ ਫਿਲਹਾਲ ਆ ਨਵੀਂ ਗੱਡੀ ਦਿੱਤਾ ਫਾਸਟੈਗ ਬਣਾਈਏ ਬਾਈ ਫਲੋਰ ਆਪਾਂ ਪਹੁੰਚ ਗਏ ਹੋਰ ਇੱਥੋਂ ਆਪਣਾ ਵੱਧ ਮੇਰੇ ਖਿਆਲ ਨਾਲ 7-8 ਕਿਲੋਮੀਟਰ ਹੋਰ ਹੈਗਾ ਨਾ ਬਲਿੰਦਰ ਬਸ ਨੇੜੇ ਹੀ ਇਸ ਤੋਂ ਬਾਅਦ ਫਲੋਰ ਕ੍ਰੋਸ ਕਰ ਰਹੇ ਹਾਂ ਅਤੇ ਟੈਗ ਜਿਹੜਾ ਆਪਾਂ ਸੀਗਾ ਲਵਾ ਰਹੇ ਫਾਸਟੈਗ ਦਾ ਆਪਾਂ ਟੈਗ ਲਵਾ ਲਿਆ ਗੱਡੀ ਦਾ ਅਤੇ ਮੈਂ ਆਪਦਾ ਪੁੱਛ ਲਿਆ ਵਾ ਜਿਹੜਾ ਪੁਰਾਣੀ ਗੱਡੀ ਜਿਹੜੀ ਸੇਲ ਕੀਤੀ ਉਹਦਾ ਟੈਗ ਮੈਂ ਕੈਂਸਲ ਕਰਾਉਣਾ ਸੀਗਾ ਸੋ ਉਹ ਬਾਅਦ 'ਚ ਮੈਂ ਚਲੋ ਹਜੇ ਲੇਟ ਹੋ ਰਿਹਾ ਮੈਂ ਕਿਹਾ ਬਾਅਦ 'ਚ ਕਰਾਵਾਂਗੇ ਉਹਨੂੰ ਟਾਈਮ ਜ਼ਿਆਦਾ ਲੱਗ ਰਿਹਾ ਇਹਨੂੰ ਕਾਫੀ ਟਾਈਮ ਲੱਗ ਗਿਆ ਫਾਸਟੈਗ ਦਾ ਲੱਗ ਗਿਆ ਆਪਣਾ ਸੋ ਚੱਲ ਦੋਸਤੋ ਸਵੀਟ ਸਾਲਾ ਵੀ ਕੰਮ ਹੋ ਗਿਆ ਆਪਣਾ ਅਤੇ ਹੁਣ ਕੁਝ ਨਹੀਂ ਰੁਕਣਾ ਸਿੱਧਾ ਪਿੰਡ ਬਲਵਿੰਦਰ ਦੇ ਪਿੰਡ ਗਾਈਸ ਪਿੰਡ ਤਾਂ ਪਹੁੰਚ ਗਏ ਹਾਂ ਅਤੇ ਘਰ ਵੀ ਹੈਗੇ ਹਾਂ ਅਤੇ ਸਾਡੀ ਸੇਵਾ ਸੂਵਾ ਪਰ ਕਰਤੀ ਹੈ ਬਾਈ ਨੇ
ਤੇ ਬਾਕੀ ਰਿਐਕਸ਼ਨਸ ਆਂਟੀ ਨੂੰ ਮਿਲਾਂਗੇ ਤੇ ਤੁਹਾਨੂੰ ਦਿਖਾਣੇ ਘਰ ਦੇ ਵੀ ਬਹੁਤ ਖੁਸ਼ ਆ ਗੱਡੀ ਦੇਖ ਕੇ ਆਂਟੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਦਾਂ ਆਂਟੀ ਕਿਦਾਂ ਵਧੀਆ ਠੀਕ ਠਾਕ ਆ ਹਾਂਜੀ ਘਰੇ ਗੱਡੀ ਆ ਗਈ ਕਿਦਾਂ ਖੁਸ਼ੀ ਕਿੰਨੀ ਕਿ ਬਹੁਤ ਤੇ ਗੱਡੀ ਪਸੰਦ ਆਏ ਤੁਹਾਨੂੰ ਬਹੁਤ ਹੋਰ ਤੂੰ ਦੱਸ ਬਲਿੰਦਰ ਕਿਵੇਂ ਵਧੀਆ ਮਾਤਾ ਨੇ ਕਿਹਾ ਮੰਮੀ ਦਾ ਕੀ ਮਾਤਾ ਨੂੰ ਪਸੰਦ ਆਦਾ ਬਈ ਮੈਨੂੰ ਵੀ ਪਸੰਦ ਆ ਹੁਣ ਕਿੱਥੇ ਚੱਲੇ ਆਪਾਂ ਹੁਣ ਮੱਥਾ ਟੇਕ ਕੇ ਆਵਾਂਗੇ ਰਾਜ ਸਾਹਿਬ ਚੱਲੇ ਹਾਂ ਹੈਲੋ ਕਹਦੇ ਸਾਰਿਆਂ ਨੂੰ पिंड ਨੇ ਨਹੀਂ ਉਹ ਭਾਬੀ ਜੇ ਟੀਚਰ ਲੱਗਿਆ ਨਾ ਅੱਛਾ ਉਹ ਨਾਲ ਟੀਚਰ ਉਹਨਾਂ ਦੀ ਬੇਟੀ ਦਾ ਅੱਛਾ ਅੱਛਾ ਇੱਥੇ ਇਨਵੀਟੇਸ਼ਨ ਆਇਆ ਹਾਂ ਇਨਵੀਟੇਸ਼ਨ ਹੈਗਾ ਇੱਥੇ ਅੱਛਾ ਅੱਛਾ ਤੇ ਗੱਡੀ ਦੇ ਚਾਹ ਵਿੱਚ ਭਾਬੀ ਗਈ ਨਹੀਂ ਅੱਜ ਠੀਕ ਹੈ ਇਹ ਜ਼ਿਆਦਾ ਜ਼ਰੂਰੀ ਆ ਹਾਂ ਠੀਕ ਆ ਚਲੋ ਹੁਣ ਬਾਕੀ ਅੱਗੇ ਮੱਥਾ ਟੇਕਦੇ ਜਾ ਕੇ ਬਾਕੀ ਅੱਗੇ ਸੀਨ ਅੱਗੇ ਜਾ ਕੇ ਦਿਖਾਵਾਂਗੇ ਤੁਹਾਨੂੰ ਜਦੋਂ ਪਹੁੰਚਾਂਗੇ ਸੋ ਗਾਈਜ਼ ਆਪਣਾ ਗੁਰਦੁਆਰਾ ਰਾਜਾ ਸਾਹਿਬ ਆਪਾਂ ਪਹੁੰਚ ਗਏ ਹਾਂ ਅਤੇ ਗੱਡੀ ਦਾ ਇੱਥੇ ਮੱਥਾ ਟਿਕਾਉਣ ਵਾਸਤੇ ਅਤੇ ਘਰਦਿਆਂ ਨੇ ਵੀ ਮੱਥਾ ਟੇਕਣਾ ਸੀਗਾ ਅਤੇ ਤੁਹਾਨੂੰ ਪਤਾ ਹੀ ਹੈ ਗੱਡੀ ਜਦੋਂ ਆਪਾਂ ਚੀਜ਼ ਨਵੀਂ ਲਈਦੀ ਹੈ ਅਤੇ ਮੱਥਾ ਟੇਕਣਾ ਜ਼ਰੂਰੀ ਹੁੰਦਾ ਹੋਰ ਬਲਵਿੰਦਰ ਜੀ ਵਧੀਆ ਰਿਹਾ ਸਫ਼ਰ ਵਧੀਆ ਸਫ਼ਰ ਰਿਹਾ ਨਾ ਚਲੋ ਚਲੋ ਹੁਣ ਮੱਥਾ ਟੇਕਦੇ ਹਾਂ ਅਤੇ ਅੰਦਰ ਦੇਖਦੇ ਜਿੰਨੀ ਕੁ ਵੀਡੀਓ ਬਣੂਗੀ ਮੈਂ ਬਣਾਊਂਗਾ ਅਤੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਹੈ ਮਾੜੀ ਮਾੜੀ ਵੀਡੀਓ ਬਣਾਊਂਗਾ ਥੋੜ੍ਹਾ ਅੰਦਰ ਤੁਹਾਨੂੰ ਵੀ ਦਰਸ਼ਨ ਕਰਾ ਦਾਂਗੇ ਰਾਜਾ ਸਾਹਿਬ ਦੇ ਠੀਕ ਹੈ चाबी पऊगा बत्ती बोर मथा टेक लिया वा जे तुसी भी किसी ने मथा टेकना इत्थे जे कोई नहीं आया गुरुद्वारा राजा साहब
ਤੇ ਲੋਕੇਸ਼ਨ ਮੈਂ ਉਹਦਾ ਦੱਸ ਦਿੰਦਾ ਵਾਂ। ਬਲਵਿੰਦਰ ਕਿਹੜਾ ਪਿੰਡ ਪੈਂਦਾ ਹੈ, ਮਤਲਬ ਲੋਕੇਸ਼ਨ ਕੀ ਹੈ ਗੁਰਦੁਆਰੇ ਸਾਹਿਬ ਦੀ? ਆਪਣੇ ਦੂਜੇ ਬੰਗਿਆ ਰੋਡ 'ਤੇ ਆ, ਜੁਗਨਾ ਰਾਜ ਸਾਹਿਬ ਜੀ ਮਜ਼ਾਰਾ, ਰਾਜਾ ਸਾਹਿਬ ਮਜ਼ਾਰਾ ਕਹਿਣਾ ਸਿੱਧਾ ਜੀ। ਬੰਗਿਆ ਰੋਡ 'ਤੇ ਰਾਜਾ ਸਾਹਿਬ ਮਜ਼ਾਰਾ ਨਾ, ਪੁੱਛ ਲਵੇ ਕਿਸੇ ਤੋਂ ਵੀ ਅਤੇ ਇੱਧਰ ਆ ਸਕਦੇ ਆ ਅਤੇ ਮੱਥਾ ਟੇਕ ਸਕਦੇ ਆ ਅਤੇ ਬਹੁਤ ਵਧੀਆ ਐਕਸਪੀਰੀਅੰਸ ਰਹਿੰਦਾ ਆ। ਠੀਕ ਹੈ, ਧਾਰਮਿਕ ਸਥਾਨ 'ਤੇ ਤਾਂ ਬੰਦੇ ਨੂੰ ਜਿਹੜਾ ਵੀ ਥੋੜ੍ਹੇ ਜੇ ਤੁਹਾਡੇ ਨੇੜੇ ਹੈਗੇ, ਜੇ ਤੂੰ ਕਿਸੇ ਨੇ ਨਹੀਂ ਮੱਥਾ ਟੇਕਿਆ ਤਾਂ ਇੱਥੇ ਜ਼ਰੂਰ ਆ ਕੇ ਮੱਥਾ ਟੇਕੋ ਰਾਜੇ ਸਾਹਿਬ ਤੋਂ। ਇੱਥੋਂ ਇੱਥੋਂ ਮੰਨਤ ਸੀਗੀ ਬਾਈ ਦੀ ਅਤੇ ਦੇਖ ਲਓ ਬਾਈ ਹੁਣਾਂ ਦੀ ਵੀ ਪੂਰੀ ਹੋ ਗਈ ਅਤੇ ਤੁਸੀਂ ਵੀ ਆਪਦੀ ਮੰਨਤ ਮੰਗੋ, ਆ ਕੇ ਸਾਰੀ ਇੱਥੇ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਸਹੀ ਆ ਵੀਰੇ, ਮੈਂ ਅੱਜ ਤੱਕ ਜੋ ਮੰਗਿਆ ਬਈ ਆਪਾਂ ਐਵੇਂ ਕਹੀਏ ਮਿਲਿਆ ਸਾਨੂੰ ਸਾਰਾ ਕੁਛ, ਮਿਲਿਆ ਰੱਬ ਨੇ ਦਿੱਤਾ। ਸੋਚਿਆ ਮੈਂ ਤਾਂ ਹੁਣ ਤੋਂ ਮਤਲਬ ਸੋਚਿਆ ਵੀ ਨਹੀਂ ਸੀ ਕਦੀ ਗੱਡੀ ਇੱਕਦਮ ਹੀ ਪਲਾਨ ਕਿੱਦਾਂ ਬਣ ਗਿਆ ਕਿੱਦਾਂ ਨਹੀਂ, ਉਹ ਮਾਲਕ ਦਬਾਉਣ ਵਾਲਾ। ਸਹੀ ਗੱਲ ਆ ਬਾਈ, ਮਾਲਕ ਸਾਰਾ ਕੁਛ ਦਬਾਉਣ ਵਾਲਾ, ਮਾਲਕ ਸਭ ਕੁਛ ਉੱਤੇ ਤਰੱਕੀਆਂ ਬਖਸ਼ਣ ਵਾਲਾ ਆ ਅਤੇ ਤੁਸੀਂ ਵੀ ਆ ਕੇ ਮਿਹਨਤ ਕਰੋ ਅਤੇ ਰੱਬ ਦੇ ਦਰ 'ਤੇ ਆ ਕੇ ਆਪਦੇ ਜੋ ਵੀ ਮੂੰਹ ਮੰਗੀ ਆਪਦੀ ਮੰਗੋਗੇ ਅਤੇ ਰੱਬ ਦਿੰਦਾ ਆ ਅਤੇ ਨਹੀਂ ਤਾਂ ਮੁਰਾਦਾਂ ਗਾਈ। ਸੋ ਬਾਕੀ ਇਹਨਾਂ ਵਲੋਗ ਰਾਜ ਦਾ ਨਹੀਂ ਰੱਖਦੇ ਅਤੇ ਮਿਲਦੇ ਤੁਹਾਨੂੰ ਨੈਕਸਟ ਵਲੋਗ 'ਚ, ਅਤੇ ਜੇ ਵਧੀਆ ਲੱਗਿਆ ਹੋਇਆ ਤਾਂ ਲਾਈਕ ਅਤੇ ਸਬਸਕ੍ਰਾਈਬ ਕਰ ਦਿਓ ਅਤੇ ਹੋਰ ਵਧੀਆ ਵਧੀਆ ਕੰਟੈਂਟ ਲੈ ਕੇ ਆਉਂਦੇ ਰਵਾਂਗੇ। ਇਹ ਵੀਡੀਓ ਥੋੜ੍ਹੀ ਲੇਟ ਪਾਈ ਹੈ, 7-8 ਦਿਨ ਦਾ ਗੈਪ ਪੈ ਗਿਆ, ਬਟ ਥੋੜ੍ਹਾ ਬਿਜ਼ੀ ਚੱਲਦਾ ਸ਼ਡਿਊਲ ਤਾਂ ਕਰਕੇ ਮੈਂ ਵਲੋਗ ਬਣਾ ਨਹੀਂ ਪਾਇਆ। ਬਾਕੀ ਹੁਣ ਵਲੋਗ ਡੇਲੀ ਤਾਂ ਨਹੀਂ, ਚਲੋ 1-2 ਦਿਨ ਛੱਡ ਕੇ ਕੋਸ਼ਿਸ਼ ਡੇਲੀ ਦੀ ਹੋਊਗੀ ਆਉਣਗੇ। ਸੋ ਬਣੇ ਰਹੋ, ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ। ਓਕੇ, ਬਾਏ।